ਸੰਗਰੂਰ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਨੌਜਵਾਨ ਨੂੰ 260 ਗ੍ਰਾਮ ਚਿੱਟਾ ਸਣੇ ਕਾਬੂ ਕਰਕੇ ਉਸ ਪਾਸੋਂ 1,38,000 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ਤੇ ਮੁਹੰਮਦ ਆਮਿਰ ਨੂੰ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਮੁਲਜ਼ਮ ਦਿੱਲੀ ਤੋਂ ਨਸ਼ੇ ਦੀ ਖੇਪ ਲੈ ਕੇ ਆਇਆ ਸੀ। ਫਿਲਹਾਲ ਪੁਲਿਸ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋਣ ਦੀ ਆਸ ਲਾ ਰਹੀ ਹੈ। ਦੂਜੇ ਪਾਸੇ ਮੁਲਜ਼ਮ ਨੇ ਕਿਹਾ ਹੈ ਕਿ ਉਹ ਖੁਦ ਨਸ਼ੇ ਦਾ ਆਦੀ ਸੀ, ਜਿਸ ਦੇ ਕਾਰਨ ਉਹ ਨਸ਼ਾ ਲੈ ਕੇ ਆਇਆ ਸੀ। ਪੀਣ ਦੇ ਸੀਗੇ ਜੀ, ਪੀਣ ਦੇ ਚੱਕਰ 'ਚ ਵੱਲ ਲੈਂਦੇ ਸੀਗੇ ਜੀ, ਹੋਰ ਜਿਹੜਾ ਸੀਗੇ ਜੀ ਬਾਹਰਲੇ ਪਾਸੋਂ ਫੜਾ ਜਾਂਦੇ ਸੀ। ਅੱਜ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ DSP ਮਲੇਰਕੋਟਲਾ ਨੇ ਇਨਫੋਰਮੇਸ਼ਨ ਦੇ ਆਧਾਰ 'ਤੇ ਇੱਕ ਨਾਕਾ ਲਵਾਇਆ ਹੋਇਆ ਸੀਗਾ, ਜਿਸ ਦੇ ਵਿੱਚ ਮੁਹੰਮਦ ਆਮਿਰ ਨਾਮ ਦਾ ਬੰਦਾ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਕਰੀਬ 260 ਗ੍ਰਾਮ ਚਿੱਟਾ ਜਿਹੜਾ ਹੈ ਬਰਾਊਨ ਸ਼ੂਗਰ ਉਹ ਰਿਕਵਰ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਤੋਂ ਕਰੀਬ 1.5 ਲੱਖ 1.38 ਲੱਖ ਰੁਪੀਜ਼ ਜਿਹੜੇ ਇਹਦੇ ਡਰੱਗ ਮਨੀ ਜਿਹੜੀ ਇਨਵੋਲਵਡ ਸੀਗੀ ਉਹ ਵੀ ਨਾਲ ਰਿਕਵਰ ਕੀਤਾ ਗਿਆ ਹੈ। ਇਹ ਜਿਹੜਾ ਸਾਰਾ ਚਿੱਟਾ ਦਾ ਸਮਾਨ ਹੈ ਇਹ ਦਿੱਲੀ ਤੋਂ ਲੈ ਕੇ ਆਉਂਦਾ ਸੀਗਾ। ਫਰਦਰ ਇਨਵੈਸਟੀਗੇਸ਼ਨ ਇਸ ਬਾਰੇ ਜਾਰੀ ਹੈ ਕਿ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿਹਨੂੰ ਵੇਚਦਾ ਸੀਗਾ, ਪਰ ਇਹ ਮੋਟੇ ਪੱਧਰ 'ਤੇ ਨਸ਼ਿਆਂ ਦਾ ਕੰਮ ਕਰਦਾ ਹੈ। ਇਹ ਕਮਰਸ਼ੀਅਲ ਕੁਆਂਟਿਟੀ ਸਾਨੂੰ ਇਹਦੇ ਵਿੱਚ ਰਿਕਵਰ ਹੋਈ।